10 ਜੀਆਂ ਨੂੰ ਮਾਰਨ ਵਾਲੇ ਖੁਸ਼ਵਿੰਦਰ ਉੱਤੇ ਆਏ ਫੈਸਲੇ ਦਾ ਪੀੜਤ ਪਰਿਵਾਰ ਵੱਲੋਂ ਸਵਾਗਤ। ਇੱਕ ਦੋ ਨਹੀਂ ਬਲਕਿ 10 ਲੋਕਾਂ ਨੂੰ ਨਹਿਰ ਵਿੱਚ ਧੱਕਾ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਦੋਸ਼ੀ ਦੇ ਹਵਾਨੇਤ ਭਰੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫਾਂਸੀ ਦੀ ਸਜ਼ਾ ਦੇ ਫੈਸਲੇ ਉੱਤੇ ਮੋਹਰ ਲਗਾਉਂਦਿਆਂ ਦੋਸ਼ੀ ਖੁਸ਼ਵਿੰਦਰ ਸਿੰਘ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਸੁਪਰੀਮ ਕੋਰਟ ਨੇ ਮੰਨਿਆ ਹੈ ਕਿ ਇਹ ਮਾਮਲਾ ਵਿਲੱਖਣ ਕਿਸਮ ਦਾ ਹੈ ਅਤੇ ਇਸ ਵਿੱਚ ਮੁਆਫੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਜ਼ਿਕਰਯੋਗ ਹੈ ਕਿ 3 ਜੂਨ 2004 ਨੂੰ ਪੈਸਿਆਂ ਦੇ ਲਾਲਚ ਵਿੱਚ ਆ ਕੇ ਇੱਕੋ ਪਰਿਵਾਰ ਦੇ 4 ਜੀਆਂ ਅਤੇ ਇੱਕ ਹੋਰ ਪਰਿਵਾਰ ਦੇ 6 ਜੀਆਂ ਸਮੇਤ ਕੁੱਲ 10 ਲੋਕਾਂ ਨੂੰ ਨਹਿਰ ਵਿੱਚ ਧੱਕਾ ਦੇਣ ਵਾਲੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਸੁਹਾਵੀ ਨਿਵਾਸੀ ਖੁਸ਼ਵਿੰਦਰ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਤੋਂ ਪਹਿਲਾਂ 28 ਅਗਸਤ 2018 ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਉੱਥੇ ਹੀ ਸੁਪਰੀਮ ਕੋਰਟ ਵੱਲੋਂ ਖੁਸ਼ਵਿੰਦਰ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖੇ ਜਾਣ ਉੱਤੇ ਪੀੜਤ ਪਰਿਵਾਰ ਨੇ ਫੈਸਲੇ ਦਾ ਸਵਾਗਤ ਕੀਤਾ ਹੈ। ਫਤਿਹਗੜ੍ਹ ਸਾਹਿਬ ਤੋਂ ਅਜੀਤ ਵੈਬ ਟੀਵੀ ਲਈ ਜਤਿੰਦਰ ਸਿੰਘ ਰਠੌੜ ਦੀ ਰਿਪੋਰਟ। ਅਮਨਪਾਲ ਸਿੰਘ ਜੀ, ਹਾਂਜੀ, ਅਤੇ ਸਾਬਕਾ ਸਰਪੰਚ ਪਿੰਡ ਨਾਹਨੇੜੀ ਦਾ। ਅਤੇ ਜਿਹੜਾ ਇਹ ਅੱਜ ਫੈਸਲਾ ਕੋਰਟ ਨੇ ਸੁਣਾਇਆ, ਇਹ ਬਹੁਤ ਵਧੀਆ ਫੈਸਲਾ ਸੁਣਾਇਆ ਗਿਆ, ਕਿਉਂਕਿ ਇਸ ਪਰਿਵਾਰ ਜਸਪਾਲ ਸਿੰਘ ਦਾ ਪਰਿਵਾਰ ਸੀ ਸਾਡੇ ਸਾਬਕਾ ਸਰਪੰਚ ਸਾਹਿਬ ਦਾ, ਇਹ ਇਹਨਾਂ ਨੂੰ ਇੱਕ ਇਨਸਾਫ ਮਿਲਿਆ, ਕਿਉਂਕਿ ਇਹਨਾਂ ਨੇ ਬੜੀ ਵੱਡੀ ਲੜਾਈ ਲੜੀ। ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਲੱਗਿਆ ਜੀ, 2004 'ਚ ਜਦੋਂ ਇਹ ਭਾਣਾ ਵਰਤ ਰਿਹਾ, ਇਹਨਾਂ ਨੂੰ ਪਤਾ ਨਹੀਂ ਸੀ ਵੀ ਸਾਡੇ ਨਾਲ ਇਹ ਭਾਣਾ ਵਰਤਾਉਣ ਵਾਲਾ ਬੰਦਾ ਇਹਨਾਂ ਦਾ ਆਪਣਾ ਮੁਨੀਮ ਦਾ ਭਰਾ ਹੈ। ਜਦੋਂ ਇਹਨਾਂ ਨੂੰ ਪਤਾ ਲੱਗਿਆ, ਉਹ ਵੀ ਜਦੋਂ ਮੁਕੰਦਪੁਰੇ ਵਾਲਾ ਕੇਸ ਸਾਹਮਣੇ ਆਇਆ, ਉਹਨੇ 7 ਮੈਂਬਰਾਂ ਨੂੰ ਇਹਨੇ ਜਦੋਂ ਨਹਿਰ 'ਚ ਧੱਕਾ ਦਿੱਤਾ ਤਾਂ ਉਹਦੇ ਵਿੱਚੋਂ ਇੱਕ ਕੁੜੀ ਬਚੀ, ਉਹ ਕੁੜੀ ਨੇ ਆਣ ਕੇ ਬਿਆਨ ਦਿੱਤੇ। ਉਹਦੇ ਬਾਅਦ ਫਿਰ ਇਹਨੇ ਆਪਣੀ ਸਾਰੀ ਸੱਚਾਈ ਖੁਸ਼ਦੀਪ ਜੀ ਨੇ ਦੱਸਣੀ ਚਾਹੀ, ਫਿਰ ਇਹ ਸਾਰਾ ਜੋ ਵੀ ਹੋਇਆ ਕੋਰਟ ਦੇ ਦੁਆਰਾ, ਜਿਹੜਾ ਵੀ ਇਹਨਾਂ ਨੂੰ ਸਜ਼ਾ ਮਿਲੀ ਹੈ, ਪਹਿਲਾਂ ਇੱਥੇ ਛੋਟੀ ਸਟੇਟ ਮਿਲੀ ਸੀ, ਫਿਰ ਉੱਪਰ ਹੁਣ ਹਾਈ ਕੋਰਟ ਨੇ ਦਿੱਤੀ ਇਹਨਾਂ ਨੂੰ ਸਜ਼ਾ, ਹੁਣ ਸੁਪਰੀਮ ਕੋਰਟ ਤੋਂ ਹੋ ਗਈ। ਬਹੁਤ ਵਧੀਆ ਉਪਰਾਲਾ ਇਹੋ ਜਿਹੇ ਦਰਿੰਦੇ ਨੂੰ, ਤਾਂ ਮੈਂ ਕਹਿੰਦਾ ਜਲਦ ਤੋਂ ਜਲਦ ਫਾਂਸੀ ਦੇ ਦੇਣੀ ਚਾਹੀਦੀ ਹੈ। ਆਪਣਾ ਜਿਹੜਾ ਭਰਾ ਤਾ ਜੀ, ਮੇਰੇ ਭਰਾ ਦਾ ਕੁਲਵੰਤ ਸਿੰਘ ਨਾਂ ਦਾ ਜੀ, ਉਹਦੀ ਪਤਨੀ ਦਾ ਨਾਂ ਹਰਜੀਤ ਕੌਰ ਦਾ ਜੀ, ਔਰ ਬਟੀ ਬੇਟੀ ਦੀ ਆਪਣੇ ਆਪਣੇ ਰਮਨਦੀਪ ਕੌਰ ਜੀ, ਛੋਟਾ ਬੇਟਾ ਬਰਿੰਦਰ ਸਿੰਘ ਜੀ। ਇਹ ਬੰਦਾ ਜਿਹੜਾ ਦਰਿੰਦਾ ਸੀਗਾ ਜਿਹਨੇ ਇਹਨੇ ਕਤਲ ਕਰੇ ਨੇ ਇਹ, ਹਾਂਜੀ, ਕੀ ਨਾਂ ਸੀ ਇਹਦਾ? ਇਹਦਾ ਜੀ ਹਰਸ਼ਵਿੰਦਰ ਸਿੰਘ ਜੀ। ਬਹੁਤ ਬਹੁਤ ਵਧੀਆ ਹੋ ਗਿਆ ਜੀ, ਜਿਹੜਾ ਛੇਤੀ ਛੇਤੀ ਇਨਸਾਫ ਮਿਲ ਰਿਹਾ ਸਾਨੂੰ ਜੀ। ਪਹਿਲਾਂ ਸਾਨੂੰ ਐਂ ਦਾ ਵੀ ਕੋਈ ਇਨਸਾਫ ਨਹੀਂ ਮਿਲਣਾ, ਵੀ ਜਿਕਣਾ ਹੁਣ ਇੱਥੇ ਤਾਂ 28 ਨੂੰ ਫਾਂਸੀ ਸੁਣਾਈ ਤੀ ਜੀ, ਵੀ ਇਹਦਾ ਕੋਈ ਮਾਣਨਾ ਕੁਛ ਜੀ, ਵੀ ਹੁਣ ਜਿਹੜਾ ਪਰਮਾਤਮਾ ਨੇ ਜਾਣੀ ਸੱਚਾਈ ਲਿਆ ਕੇ ਮੂਹਰੇ ਰੱਖਤੀ ਜੀ। ਦੋਸ਼ੀ ਆ ਬੰਦਾ ਹੈ,